ਅਸਲਾਮ ਅਲੈਕੁਮ ਸਾਡੀ ਯੂਟਿਊਬ ਫੈਮਿਲੀ, ਕੀ ਹਾਲ ਹੈ ਤੁਹਾਡਾ? ਸਾਰਿਆਂ ਦਾ ਠੀਕ ਹੋ? ਵਧੀਆ, ਅਸੀਂ ਅਲਹਮਦੁਲਿਲਾ ਠੀਕ ਆ। ਅਤੇ ਅਲਹਮਦੁਲਿਲਾ ਅੱਜ ਜਿਹੜੀ ਜਗ੍ਹਾ 'ਤੇ ਆਏ ਹਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਕਿਹੜੀ ਜਗ੍ਹਾ ਹੈਗੀ। ਇਹ ਮੇਰਾ ਤਾਂ ਬਚਪਨ ਇੱਥੇ ਗੁਜ਼ਰਿਆ ਛੋਟੇ ਹੁੰਦਿਆਂ, ਅਤੇ ਤੁਹਾਨੂੰ ਕੁਛ ਬਚਪਨ ਦੀਆਂ ਯਾਦਾਂ ਵੀ ਨਾਲ ਸ਼ੇਅਰ ਕਰਾਂਗੇ। ਇਹ ਡੇਰਾ ਸਾਡਾ ਦੂਜਾ ਪਹਿਲੇ ਹੱਲ ਹੈ, ਜਿਹੜੇ ਡੇਰੇ ਦੀ ਪਹਿਲੇ ਵੀਡੀਓ ਸ਼ੇਅਰ ਕਰੀ ਦੀ ਹੁੰਦੀ ਆ, ਉਹ ਬਾਅਦ ਡੇਰਾ ਬਣਾਇਆ ਗਿਆ। ਇਹ ਬਾ ਮੇਰੇ ਕੋਲ ਆ ਕੇ ਵੱਡੇ ਬਾਈ ਕੋਲ ਦੀ ਜ਼ਮੀਨ ਹੈ, ਉਹਨੇ ਠੇਕੇ ਦਿੱਤੀ ਸੀ ਅਤੇ ਮੈਂ ਉਹਨਾਂ ਕੋਲ ਠੇਕੇ ਲਈ ਹੈ ਜ਼ਮੀਨ। ਅਤੇ ਅੱਜ ਤੁਹਾਨੂੰ ਦਿਖਾਉਂਦਾ ਜੀ ਇੱਥੇ ਡੇਰੇ ਦੀ ਪੋਜੀਸ਼ਨ ਕੀ ਹੈ ਜੀ। ਅਸਲਾਮ ਅਲੈਕੁਮ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਅਲਹਮਦੁਲਿਲਾ ਅਸੀਂ ਬਿਲਕੁਲ ਠੀਕ ਹਾਂ। ਅਤੇ ਹਜ਼ਰਤ ਸਾਹਿਬ ਹੋਰੀ ਤਾਂ ਬਾਅਦ ਵਿੱਚ ਆਪਣੀਆਂ ਯਾਦਾਂ ਸ਼ੇਅਰ ਕਰਾਂਗੇ, ਲੇਕਿਨ ਤੁਹਾਨੂੰ ਪਹਿਲੇ ਦੱਸਾਂਗੇ ਕਿ ਇਹ ਆਪਣੇ ਵੱਡੇ ਭਾਅ ਦੀ ਹੈ ਅਤੇ ਉਹਨਾਂ ਕੋਲੋਂ ਅਸਾਂ ਲਿਆ ਠੇਕਾ ਅਤੇ ਜ਼ਮੀਨ। ਰਾਤੀ ਦੋਨੋਂ ਅਸੀਂ ਆਏ ਸੀ, ਇਹ ਜਿਹੜੀ ਦੇਖ ਰਹੇ ਹੋ ਨਾਲੀ ਹੈ ਸਾਫ਼ ਕਰਕੇ ਅਤੇ ਪਾਣੀ ਦੋਨੇ ਅਸੀਂ ਲਾ ਕੇ ਗਏ ਹਾਂ। ਮੈਂ ਲਾਈਟ ਪਕੜੀ ਰੱਖੀ ਅਤੇ ਬਾਈ ਤੁਹਾਡੇ ਜਿਹੜੇ ਹੁਣ ਪਾਣੀ ਲਿਆ, ਰਾਤੀ ਅਸਾਂ ਪਹਿਲੀ ਵਾਰ ਦਫ਼ਾ ਪਾਣੀ ਬਦਲਿਆ ਅਤੇ ਉਹਦੇ ਨਾਲ ਕੁਝ ਪੱਠੇ ਲਾਏ ਨੂੰ ਅਤੇ ਇਹਦੇ ਆ ਜਿਹੜੇ ਨੇ ਜੈਸੇ ਰਮੜੀ ਕੀਤੀ, ਇਹ ਵੀ ਪੱਠੇ ਕਰਨੇ ਆ। ਇਹ ਜਿਹੜੇ ਨਾਲ ਹੀ ਡੇਰੇ ਨੇ ਉਹ ਵੀ ਮੇਰੇ ਮਾਮੂ ਹੋਰਾਂ ਦੇ ਡੇਰੇ ਨੂੰ, ਅਤੇ ਮਾਸ਼ਾਅੱਲਾ ਮੈਂ ਵੀ ਮਾਮੂ ਦੀ ਬਹੂ ਅਤੇ ਸੋਚਿਆ ਤੂੰ ਇਹ ਵੀ ਮਾਮੂ ਹੋਰਾਂ ਦਾ ਡੇਰਾ ਬਣ ਗਿਆ। ਅਤੇ ਅਸੀਂ ਜਦੋਂ ਆਪਣੇ ਡੇਰੇ 'ਤੇ ਗਏ ਅਸੀਂ ਪਹਿਲੀ ਦਫ਼ਾ ਅਸਾਂ ਮਤਲਬ ਸਰਸੋਂ ਨਹੀਂ ਆਉਂਦੀ, ਉਹਦੇ ਬੂਟੇ ਹਨ ਕਾਫੀ ਸਾਰੇ, ਉਹਨਾਂ ਦੇ ਵਿੱਚ ਬਹਿ ਕੇ ਅਸਾਂ ਚਾਹ ਬਣਾਈ ਆਏ ਅਤੇ ਉਸ ਦੇ ਮਕਸਦ ਪਦਾ ਜਿਹੜੇ ਸਾਡੇ ਇੱਟ ਵੀ ਇੱਕ ਵੀ ਨਹੀਂ ਉੱਥੇ ਲੱਗੀ ਹੋਈ ਸੀ ਜਿਸ ਵਕਤ ਅਸੀਂ ਡੇਰੇ 'ਤੇ ਗਏ ਹਾਂ। ਫਿਰ ਮਾਸ਼ਾਅੱਲਾ ਕਮ ਅਜ਼ ਕਮ 2010 ਵਿੱਚ ਅਸੀਂ ਉੱਥੇ ਗਏ ਅਸੀਂ, ਅਤੇ ਹੁਣ ਅੱਲਾ ਕੀਤਾ ਮਕਸਦ ਆਪਣਾ ਡੇਰਾ ਪੂਰਾ ਸਾਡਾ ਮੁਕੰਮਲ ਹੋ ਗਿਆ, ਲੇਕਿਨ 2-3 ਸਾਲ ਬਾਅਦ ਸਹੀ ਅਸਾਂ ਮੁਕੰਮਲ ਸਾਰਾ ਡੇਰਾ ਕਰ ਲਿਆ ਸੀ। ਅਤੇ ਇਹ ਜਿਹੜਾ ਡੇਰਾ ਇਹ ਸ਼ੁਰੂ ਤੋਂ ਜਿਹੜਾ ਇਹਨਾਂ ਦਾ ਮਕਸਦ ਹੈ ਮੇਰੇ ਹਸਬੈਂਡ ਸਾਹਿਬ ਦੇ ਸ਼ੁਰੂ ਤੋਂ ਇਹ ਡੇਰਾ ਸੀ, ਲੇਕਿਨ ਅਸਾਂ ਜਿਹੜਾ ਜਾ ਬੜਾ ਹੈ ਉਹ ਨੇ ਆ ਹਾਂ ਡੇਰਾ। ਅਤੇ ਦੇਖਦੇ ਹਾਂ ਵੀ ਪੱਠੇ ਵੀ ਜੰਮੇ ਅਸ ਕਿਨੇ ਪੱਠੇ ਜੰਮੇ ਨਿਕਲ ਰਹੇ ਹਨ। ਇਹ ਵੈਸੇ ਰਾਤ ਨੂੰ ਨਹੀਂ ਪਾਣੀ ਲਾਇਆ ਉੱਚੀ ਜਗ੍ਹਾ ਨਾ? ਹਾਂ ਤੇ ਨਹੀਂ ਉਹ ਜੀ ਗਰਮੀ ਬਹੁਤ ਪੈ ਰਹੀ ਹੈ, ਗਰਮੀ ਵੀ ਆਇਆ ਲੇਕਿਨ ਅਗੋ ਗਿੱਲ ਸਾਰੇ ਬੋਏ ਪੱਤੇ ਨਹੀਂ ਹੈ, ਅਗੋ ਗਿੱਲੇ ਹੈਗੇ ਯਾਨੀ ਕਿ ਸਿੰਨੀ ਹੈ ਜ਼ਿਆਦਾ। ਤੇ ਅਗਰ ਉਹਦੇ ਟਰੈਕਟਰ ਪਾਈਏ ਸਹੀ ਤਾਂ ਟਰੈਕਟਰ ਨੇ ਤੁਹਾਡੇ ਟਾਇਰ ਲੱਪਣੇ, ਲੇਕਿਨ ਮਜ਼ੇ ਦੀ ਜ਼ਮੀਨ ਹੀ ਮੰਨੂ, ਕੱਲ ਸੈਕਿੰਡ ਟਾਈਮ ਕੱਢਾਂਗੇ। ਗਰਮੀ ਬਹੁਤ ਬਣ ਗਈ ਹੈ, ਗਰਮ ਹਵਾ ਨਾ ਬੜੀ ਸਾਰਾ ਦਿਨ ਰਹਿੰਦੀ, ਲੋ ਬੜੀ ਆ ਚੱਲੀ ਹੋਈ ਸੀ ਦਿਨ ਨੂੰ, ਨਾਲ ਸਬਜ਼ੀਆਂ ਲੱਗੀਆਂ ਹੋਈਆਂ ਨਾ, ਸਬਜ਼ੀ ਖਤਮ ਕਰ ਦਿੱਤੀ। ਹਾਂ ਖਤਮ ਕਰ ਦਿੱਤੇ, ਪਹਿਲਾਂ ਕੋਈ ਕੀੜੇ ਜੋ ਪਏ ਤੇ ਖਰਾਬ ਹੋ ਗਏ ਸੀ, ਖਤਮ ਕਰ ਦਿੱਤੇ ਨੇ। ਤੁਹਾਨੂੰ ਅੱਜ ਦਿਖਾਉਂਦੇ ਹਾਂ ਜੀ ਬਚਪਨ ਦੀਆਂ ਯਾਦਾਂ ਜਿੱਥੇ ਮੈਂ ਛੋਟੇ ਹੁੰਦੇ ਹਾਂ, ਤੀਜੀ ਤੋਂ ਚੌਥੀ ਕਲਾਸ ਜਿੱਥੇ ਮੇਰੇ ਨਾਲ ਇਹਨਾਂ ਨੂੰ ਪਿਆਰ। ਹਾਂਜੀ, ਤੀ ਤੁਸੀਂ ਰੇ ਚੌਥੀ ਕਲਾਸ ਜਦੋਂ ਸੀ ਤੇ ਮੈਂ ਇੱਥੇ ਰਹਿਣ ਉਸ ਟਾਈਮ ਆਉਂਦੇ ਸੀ, ਫਿਰ ਬਾਅਦ ਪਿੰਡ ਰਿਹਾਇਸ਼ ਹੋ ਗਈ, ਡੇਰੇ ਤੇ ਰਿਹਾਇਸ਼ ਖਤਮ ਕਰ ਦਿੱਤੀ ਤੇ ਉਸ ਵਕਤ ਮੇਰੇ ਨਾਲ ਤੁਹਾਡਾ ਪਿਆਰ ਹੋਇਆ? ਆਹੋ ਮੈਨੂੰ ਪਿਆਰ ਹੋਇਆ ਸੀ ਇਹਨਾਂ ਦਾ, ਇਹਨਾਂ ਛੋਟਾ। ਨਹੀਂ ਨਹੀਂ ਹੁਣ ਤੇ ਜਿਹੜੇ ਬੱਚੇ ਨਾ ਉਹ ਜਲਦੀ ਕਲਾਸ ਕਵਰ ਕਰ ਦਿੰਦੇ ਤੇ ਜਿਹੜੇ ਪਹਿਲੇ ਹਨ ਨਾ ਉਹ ਤਾਂ ਮਾਸ਼ਾਅੱਲਾ ਵੱਡੇ ਵੱਡੇ ਬੱਚੇ ਹੁੰਦੇ ਤੇ ਤਾਂ ਜਾ ਕੇ ਚੌਥੀ ਪੰਜਵੀਂ ਬੜਾ ਉਸ ਟਾਈਮ ਤੇ ਕੀ ਪੜਦੇ, ਦੂਈ ਪੜਨਾ ਤੀਸਰੀ ਪੜਨਾ, ਦੂਈ ਕਲਾਸ ਇੱਕ ਦੂਈ ਕਲਾਸ ਇੱਕ ਤਰੀ ਕਲਾਸ ਇਸ ਤਰ੍ਹਾਂ ਵੱਡੇ ਵੱਡੇ ਥੈਲੇ ਹੁੰਦੇ ਹਨ ਇੱਥੇ ਚਾਹੇ ਹੁੰਦੇ ਸੀ ਬਿਸ ਤੇ ਇਧਰ ਬੁਲਾ ਕੇ ਫਿਰ ਇਧਰ ਹੀ ਸਾਈਡ ਦੇ ਬੱਲੇ ਹੁੰਦਾ ਸੀ ਇਧਰ ਸਾਈਡ। ਹੁਣ ਮਾਸ਼ਾਅੱਲਾ ਤਾਂ ਮਕਸਦ ਇਹ 3 ਸਾਲ ਦਾ ਬੱਚਾ ਉਹ ਨਹੀਂ ਵਕਦਾ ਤੇ ਪਹਿਲੇ ਜਾ ਕੇ ਦਾਖਲ ਕਰਵਾ ਦਿੰਦਾ ਸਕੂਲ ਵਿੱਚ, ਤੇ ਛੋਟੇ ਛੋਟੇ ਬੱਚਿਆਂ ਦੀ ਮਕਸਦ ਕਲਾਸਾਂ ਜਲਦੀ ਕਵਰ ਹੋ ਜਾਂਦੀਆਂ, ਕੱਪੜੇ ਦੇ ਥੈਲੇ ਬਣੇ ਹੁੰਦੇ ਸੀ ਜੀ, ਲੰਬੇ ਲੰਬੇ ਆ ਤੜੀਆਂ ਲੱਗੀਆਂ ਹੁੰਦੀਆਂ ਨੇ, ਲੱਗਦਾ ਤੁਹਾਡਾ ਕੋਈ ਲੰਮਾ ਹੀ ਥੈਲਾ ਲੱਗਿਆ, ਇੱਥੇ ਤੱਕ ਜਾਣਦੇ ਥੈਲੇ ਹੁੰਦੇ ਸੀ ਇੱਥੇ ਤੇ ਉਹ ਥੈਲਾ ਵਲਾਣਾ ਆ ਇਧਰ ਹੀ ਸਾਈਡ ਤੇ, ਫਿਰ ਇੱਕ ਪੱਗ ਪਕੜ ਲੈਣਾ ਪੇੜ ਦੇ ਅੱਗੇ ਕਰਕੇ ਚੱਲੋ ਸਕੂਲ। ਅੱਲਾ ਮੇਰੇ ਤੁਹਾਡੀ ਇੱਕ ਸਵਜੀ ਬਜੀ ਸ਼ਰਤਾਂ ਆਉਂਦੀਆਂ। ਦੇਖੋ ਜੀ ਇਹ ਸਾਡਾ ਜਿਹਨੇ ਕਹਿੰਦੇ ਨਾ ਅੱਗ ਵਾਲਾ ਕੋਠਾ, ਇਹ ਅੱਗ ਵਾਲਾ ਕੋਠਾ ਸੀ ਸਾਡਾ, ਸ਼ਲਫਾਂ ਸ਼ਲਫਾਂ ਬਣੀਆਂ ਸੀ ਆ ਬਰਤਨ ਧੋਣ ਵਾਸਤੇ, ਇੱਥੇ ਓਲੂ ਬਣੇ ਹੋਏ ਸੀ ਯਾਨੀ ਕਿ, ਔਰ ਹਾਲਾਂਕਿ ਪਲਸਤਰ ਹੋਏ ਸੀ ਕਮਰੇ, ਹੁਣ ਸਾਰੇ ਡਿੱਗੇ ਪੈਣ। ਅਤੇ ਹੁਣ ਮੈਂ ਇੱਥੇ ਦਿਖਾਉਂਦਾ ਜੀ, ਇਹ ਦੇਖੋ ਜੀ ਮੈਨੂੰ ਉਸ ਵਕਤ ਸ਼ਾਇਦ ਅਫਰੀਦੀ ਨਾਲ ਬੜੀ ਮੁਹੱਬਤ ਸੀ ਜਦੋਂ ਉਹਨੇ ਨਵਾਂ ਯਾਨੀ ਕਿ ਰਿਕਾਰਡ ਬਣਾਇਆ ਸੀ, ਅਤੇ ਉਦੋਂ ਮਕਸਦ ਮੈਂ 8ਵੀਂ 9ਵੀਂ ਤਾਂ ਇੱਥੇ ਡੇਰੇ ਰਹੇ ਹਨ, ਫਿਰ ਮੈਂ ਬੜੇ ਪਿਆਰ ਨਾਲ ਉਹਨਾਂ ਦਾ ਨਾਂ ਇੱਥੇ ਸ਼ਾਇਦ ਲਿਖਿਆ ਸੀ ਮਾਸ਼ਾਅੱਲਾ, ਅਤੇ ਮੈਂ ਤੁਹਾਨੂੰ ਦਿਖਾਉਂਦਾ ਜੀ ਹੋਰ ਵੀ ਵੈਲਕਮ ਵੀ ਮੈਂ ਲਿਖਿਆ ਸੀ ਇਸ ਕਮਰੇ ਦੇ ਵਿੱਚ, ਇਹ ਪੰਜਾਬੀ ਦੇ ਵਿੱਚ ਆਉਂਦੇ ਨਾ ਵਲੇਵੇ ਵਾਲਾ ਕੋਠਾ, ਇਹ ਵਲੇਵੇ ਵਾਲਾ ਕੋਠਾ ਸੀ ਸਾਡਾ, ਅਤੇ ਇਹਦੇ ਵਿੱਚ ਇਹ ਵੇਖੋ ਜੀ ਇਹ ਵੈਲ, ਅਤੇ ਇੱਥੇ COME ਕਾਮ ਲਿਖਿਆ ਹੋਇਆ ਸੀ ਇੱਥੇ ਕਰਕੇ ਮਿੱਟਿਆ ਖੜਾ ਹੈਗਾ, ਅਤੇ ਇਹ ਵੀ ਮੈਂ ਲਿਖਿਆ ਸੀ ਇਹ ਲਾਲ ਵਾਲਾ,
ਮੈਂ ਪੇਂਟ ਨਾਲ ਲਿਖਿਆ ਸੀ ਉਦੋਂ ਮਿਟਣਾ ਕਿਉਂ ਸੀ ਤੇ ਆਹ ਮੈਡਮ ਮੈਂ ਦਿਲ ਬਣਾਇਆ ਸੀ ਆਪਣਾ ਦਿਲ ਕੱਢ ਕੇ ਰੱਖਿਆ ਸੀ ਇੱਥੇ ਮੈਂ ਤੇ ਆਹ ਦੇਖੋ ਜੀ ਆਹ ਸ਼ਾਇਦ ਅਫਰੀਦੀ ਇੱਥੇ ਅਫਰੀਦੀ ਥੋੜ੍ਹਾ ਜਿਹਾ ਅੱਗੇ ਲਿਖਿਆ ਜਾ ਜਦ ਸ਼ਾਇਦ ਅਫਰੀਦੀ ਯਾਨੀ ਕਿ ਉਹਦਾ ਨਵਾਂ ਨਵਾਂ ਉਹਨਾਂ ਰਿਕਾਰਡ ਬਣਾਇਆ ਸੀ ਤੇ ਆਹ ਕਮਰਾ ਜਿਹੜਾ ਹੈ ਸੀ ਇਹ ਸਾਡਾ ਸਮਾਨ ਵਾਲਾ ਸੀ ਤੇ ਹੁਣ ਤਾਂ ਸਾਰੇ ਕੋਈ ਨਹੀਂ ਹਾਲਤ ਰਹੀ ਪਈ ਇੱਥੇ ਉਸ ਬਿਜਲੀ ਕੋਈ ਨਹੀਂ ਸੀ ਬਿਜਲੀ ਹੁਣ ਆਈ ਹਨ ਸਾਰੀ ਜਿੱਥੇ ਇਹ ਜਾਲ ਹੈ ਦੇਖੋ ਜੀ ਇੱਕ ਇਹ ਜਾਲ ਹੈ ਜੇ ਬਣੇ ਹੋਇਆ ਅਤੇ ਦੂਜੀ ਉਸ ਸਾਈਡ 'ਤੇ ਬਣੇ ਹੋਇਆ ਕਿਉਂਕਿ ਰਾਤ ਨੂੰ ਫਿਰ ਜਦੋਂ ਲਾਈਟ ਧੋਣ ਦੀ ਘੋਰੀ ਸੀ ਉਦੋਂ ਲਾਲਟੈਨ ਵਗੈਰਾ ਜਾਂ ਉਹ ਦੀਏ ਅਤੇ ਰਾਤ ਨੂੰ ਬਾਹਰ ਤਾਂ ਕੋਈ ਚੱਲਦਾ ਸੀ ਲਾਲਟੈਨ ਵਗੈਰਾ ਇੱਥੇ ਜਲਾ ਕੇ ਇਸ ਜਗ੍ਹਾ ਦੇ ਵਿੱਚ ਰੱਖ ਦਿੰਦੇ ਸੀ ਅਤੇ ਇਹ ਪਿੱਛੇ ਕਮਰੇ ਡਾਂਡੇ ਬਣਾਏ ਸੀ ਅਸਾਂ ਜਾਨਵਰਾਂ ਵਾਸਤੇ ਅਤੇ ਇਹ ਬਾਈ ਨੇ ਬਣਾਇਆ ਸੀ ਅਕੇਲੇ ਜੀ ਬੜਾ ਅੱਛਾ ਵਕਤ ਸੀ ਯਕੀਨ ਕਰਿਆ ਨਾਲ ਰੋਡ ਸੀ ਇੱਥੋਂ ਸਾਹਮਣੇ ਇੱਥੇ ਸਟੇਸ਼ਨ ਸੀ ਨਾਲ ਅਤੇ ਪਰ ਨਾਲ ਰੋਡ ਚੱਲਦਾ ਸੀ ਹੁਣ ਵੀ ਰੋਡ ਮਕਸਦ ਹੈਗਾ ਮਾਸ਼ਾਅੱਲਾ ਅਤੇ ਬਸ ਇਹ ਸਾਰੀ ਆਪਣੇ ਆਪਣੇ ਦਿਲ ਨੂੰ ਸਮਝਾਉਣ ਦੀ ਗੱਲ ਹੈਗੀ ਅਤੇ ਇਨਸ਼ਾਅੱਲਾ ਇੱਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਰੱਖਾਂਗੇ ਅੱਜ ਤੁਹਾਨੂੰ ਆਪਣਾ ਬਚਪਨ ਦਿਖਾਇਆ ਜੀ ਬਚਪਨ ਦੀ ਯਾਦਾਂ ਦਿਖਾਈਆਂ ਅਤੇ ਮੈਂ ਤੁਹਾਨੂੰ ਆਖਿਆ ਅੱਜ ਵਿਜ਼ਿਟ ਕਰਾਈਏ ਡੇਰੇ ਆਪਣੇ ਦਾ ਪੁਰਾਣੇ ਦਾ ਅੱਲਾ ਪਾਕ ਤੁਹਾਡੀ ਜ਼ਿੰਦਗੀ 'ਚ ਕਾਮਯਾਬੀਆਂ ਦੇਵੇ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਇੰਨੇ ਤੱਕ ਅੱਲਾ ਹਾਫਿਜ਼।